ਆਰਤੀਆਂ ਜਿਹਨੂੰ ਸੋਹਣੇ ਮੰਗਿਆ ਰੱਬ ਕੋਲ ਕਿਆ ਪਤਾ ਮਰ ਅੱਖੀਆਂ ਦੇ ਉਹ ਤਾਰੇ ਨੇ ਵੇਖੋ ਅੱਜ ਵੀ ਮੋਚਾ ਮਾਰਦੇ ਨੇ ਉਹ ਅੱਜ ਵੀ ਮੋਚਾ ਮਾਰਦੇ ਨੇ ਵੇਖੋ ਜੰਨਤ ਦੇ ਗੁਲਜ਼ਾਰ ਦੀਆਂ ਜਗ ਸਾਰਾ ਸਿਫਤਾਂ ਕਰਦਾ ਉਸਮਾਨ ਦੀ ਅਜ਼ਮਤ ਕਿਆ ਕਹਿੰਦੇ ਹੈਦਰ ਨੂੰ ਆਕਾ ਵੀ ਰੱਖ ਉਸਮਾਨ ਦੀ ਅਜ਼ਮਤ ਕਿਆ ਕਹਿੰਦੇ ਹੈਦਰ ਨੂੰ ਆਕਾ ਵੀ ਰੱਖ ਇਹ ਦੋਵੇਂ ਨੂਰ ਨੇ ਅੱਖੀਆਂ ਦੇ ਗੱਲਾਂ ਸੁਣ ਤੂੰ ਸਰਕਾਰ ਦੀਆਂ ਜਗ ਸਾਰਾ ਸਿਫਤਾਂ ਕਰਦਾ ਤੀਸਰਾ ਸ਼ੇਰ ਇਸ ਦੇ ਬਾਅਦ ਆਖਰੀ ਹੈ ਮੇਰੀ ਹਾਜ਼ਰੀ ਮੁਕੰਮਲ ਜਿਨ੍ਹਾਂ ਨਾਲ ਹਜ਼ੂਰ ਦਿਲਾਈ ਨਾ ਕੀਤੀ ਬੇਪਰਵਾਹੀ ਰੱਬ ਕਸਮਾਂ ਚਾਇਆ ਥਾਂ ਥਾਂ ਤੇ ਅਸਹਾਬਤ ਸੱਚੇ ਪਿਆਰ ਦੀਆਂ ਟੋਪਾ ਵਾਲੋ ਮਿੰਨਤ ਕਰਕੇ ਕਹਿਤਾ ਸਹਾਬਾ ਕੇ ਲੀਏ ਬੋਲੋ ਅਗਰ ਬੋਲ ਸਕਤੇ ਹੋ ਤੋ ਜ਼ਰੂਰ ਬੋਲੋ ਜੋ ਮੇਰੇ ਨਬੀ ਕੇ ਲੀਏ ਲੜੇ ਹੈ ਨਾ ਉਨਕੇ ਲੀਏ ਬੋਲੋ ਆਖਰੀ ਸ਼ੇਰ ਪੇਸ਼ ਕਰਤਾ ਹੂੰ ਸਹਾਬਾ ਕੇ ਲੀਏ ਜੋ ਬੋਲਨੇ ਵਾਲੇ ਹੈ ਉਨਕੇ ਲੀਏ ਬੋਲੋ ਸੁਨੋ ਅਸਹਾਬ ਤੁਜਾਨ ਲੁਕਾਵਾਂਗੇ ਹਰ ਥਾਂ ਤੇ ਨਗਮੇ ਸੁਣਾਵਾਂਗੇ ਅੱਜ ਯਾਰਫ ਸਾਨੂੰ ਭੁੱਲੀਆਂ ਨੇ ਅੱਜ ਯਾਰਫ ਸਾਨੂੰ ਭੁੱਲੀਆਂ ਨੇ ਗੱਲਾਂ ਛੰਗਵੀ ਜੈ ਹੁਕਮਦਾਰ ਦੀਆਂ ਅੱਜ ਯਾਰਫ ਸਾਨੂੰ ਭੁੱਲੀਆਂ ਨੇ ਗੱਲਾਂ ਛੰਗਵੀ ਜੈ ਹੁਕਮਦਾਰ ਦੀਆਂ ਜਗ ਸਾਰਾ ਸਿਫਤਾਂ ਕਰਦਾ ਇਨਸ਼ਾਅੱਲਾ ਔਰ ਪੜ੍ਹੇਂਗੇ ਖਿਦਮਤ ਬਹੁਤ ਕਮ ਹੈ ਉਨਕਾ ਤਕਾਜ਼ਾ ਨਹੀਂ ਲੇਕਿਨ ਵਹਾਂ ਯਹਾਂ ਯੇ ਤਸ਼ਰੀਫ ਲਾਏ ਤੋ ਯੇ ਨਾ ਕਿ ਫਰੂਕੀਆ ਮਸਜਿਦ ਮੇਂ ਗਏ ਤੋ ਉਨ੍ਹੋਂਨੇ ਖਿਦਮਤ ਹੀ ਨਹੀਂ ਕੀ ਮਾਸ਼ਾਅੱਲਾ ਸੁਭਾਨ ਅੱਲਾਹ ਤੋ ਆਪਨੇ ਸ਼ੁਰੂ ਕਰ ਦੀ ਹੈ ਤੋ ਥੋੜ੍ਹੀ ਸੀ ਖਿਦਮਤ ਮੇਂ ਵੀ ਥੋੜ੍ਹੀ ਸੀ ਹਿੰਮਤ ਕਰ ਬਸ ਇੱਕ ਕਲਾਮ ਸੁਣਨੇ ਵਾਲਾ ਕਲਾਮ ਹੈ ਖੁਦਾ ਲੇਖਾਂ ਚ ਲਿਖਦੇ ਵੇ ਗਦਾਈ ਤੇਰੇ ਰੋਜ਼ੇ ਦੀ ਸਾਰੀ ਉਮਰ ਆਕਾ ਦੇ ਰੋਜ਼ੇ ਦੀ ਨੌਕਰੀ ਕਰਦਾ ਰਹਾਂ ਮੇਰੇ ਪੀਰੋ ਮੁਰਸ਼ਦ ਸੈਯਦ ਹੁਸੈਨ ਅਹਿਮਦ ਮਦਨੀ ਵੇਖੋ ਨਾ ਜ਼ਰਾ 18 ਸਾਲ ਰੋਜ਼ੇ ਤੇ ਦਰਸੇ ਹਦੀਸ ਪੜਾਈਏ ਲੋ ਪਿਆਰਿਓ ਅਗਲੀ ਗੱਲ ਤੇ ਖਮੋਸ਼ ਰਹਿ ਤੇ ਦੁੱਖ ਲੈ ਕੇ ਜਾਵਾਂਗਾ ਸੁਣੋ ਖੁਦਾ ਲੇਖਾਂ ਚ ਲਿਖਦੇ ਵੇ ਗਤਾਈ ਤੇਰੇ ਰੋਜ਼ੇ ਦੀ ਓਏ ਖੁਦਾ ਲੇਖਾਂ ਚ ਲਿਖਦੇ ਵੇ ਗਤਾਈ ਤੇਰੇ ਰੋਜ਼ੇ ਦੀ ਮੈਂ ਪਲਕਾਂ ਨਾਲ ਕਰਾਂ ਆਪਾ ਸਫਾਈ ਜਿਹੜਾ ਜਿਹੜਾ ਜਾਣਾ ਚਾਹੁੰਦਾ ਉਹ ਚਿਕੇ ਸਵਾਲ ਪਲਕਾਂ ਨਾਲ ਪਹਿਲਾ ਸ਼ੇਰ ਮੇਰਾ ਦਿਲ ਨਹੀਂ ਚਾਹੁੰਦਾ ਏ ਮਦੀਨੇ ਇੱਕ ਵਾਰੀ ਜਾਣ ਦਾ ਓਏ ਮੇਰਾ ਦਿਲ ਵੀ ਚਾਹੁੰਦਾ ਏ ਮਦੀਨੇ ਇੱਕ ਵਾਰੀ ਜਾਵਾਂ ਤਵਜੋ ਮੇਰੀ ਤਰਫ ਮੈਂ ਸਹਿ ਨਹੀਂ ਸਕਦਾ ਮਹਿਬੂਬਾ ਜੁਦਾਈ ਤੇਰੇ ਰੋਜ਼ੇ ਦੀ ਮੈਂ ਸਹਿ ਨਹੀਂ ਸਕਦਾ ਮਹਿਬੂਬਾ ਜੁਦਾਈ ਤੇਰੇ ਰੋਜ਼ੇ ਦੀ ਔਰ ਜਿੱਥੇ ਨੂਰੀ ਸਲਾਮਾਂ ਨਹੀਂ ਸੁਬੋਵਣ ਤੇ ਸ਼ਾਮਾਂ ਆਲਾ ਖੁਦਾ ਅਜ਼ਮਤ ਬਣਾਈ
पलकां नाल करां।